नाजे प्रोग्राम में वक्त हुआ एक छोटे से वक्फे का मिलते हैं एक छोटे से ब्रेक के पास ये कह के मैं गया था मसला यहाँ पे हुआ रहा है इस औरत का औरत की नाजनी इस मुल्क में क्या कदर है एक औरत राही दो फिर प्यार क्यों ना हो औरत में जरा बचत करने का दर्द ज्यादा होता है लेकिन यह वो कतरा कतरा ਪੱਤਾ ਪੱਤਾ ਬੂੰਦਾ ਬੂੰਦਾ ਬੂਟਾ ਬੂਟਾ ਹਾਲ ਹਮਾਰਾ ਜਾਣੇ ਹਰ ਨਾ ਚੜਰੇ ਏ ਕਿਵਾ ਉਸਮਾਨ ਟਿੱਪੂ ਤੇ ਮਹਸਨ ਰਜ਼ਾ ਅਜਾ ਤੂੰ ਤੇ ਪੈਸੇ ਦਿੱਤੇ ਤੂੰ ਉਹਨਾਂ ਤੋਂ ਲਤਾਇਆ ਤੂੰ ਨਹੀਂ ਤੂੰ ਤੇ ਆਤਾ ਤੋ ਇ ਬਲਤਰ ਬਾਈ ਆਤੇ ਦੇ ਪੈਸੇ ਦੇ ਦਿੱਨੇ ਸੀ ਹਾਂਜੀ ਇਹ ਸਟਾਰਮ ਹੈ ਮੇਰੇ ਪਾਸ ਸਭ ਤੋਂ ਪਹਿਲੇ ਤੋਂ ਮੈਂਨੇ ਉਹਨਕੋ ਆਪਣੇ ਅੱਬੂ ਸੇ ਮਲਵਾਇਆ ਅਜਾ ਤੋ ਅੱਬੂ ਨਾਲ ਮਲਵਾਇਆ ਜੀ ਜਬ ਮੈਂਨੇ ਅੱਬੂ ਸੇ ਉਹਨਕੋ ਮਲਵਾਇਆ ਤੋ ਉਹਨਕੋ ਜੋ ਚੁੱਕ ਪੜੀ ਹੋਈ ਥੀ ਲੱਕ ਮੇਂ ਉਹ ਬਿਲਕੁਲ ਠੀਕ ਹੋ ਗਈ ਅਜਾ ਮੈਂ ਸਮਝਿਆ ਚਾਹ ਦੁੱਦਾ ਮਲ ਹਾਂਜੀ ਦੂਜੇ ਵੀ ਮਲਵਾਇਆ ਲੇਕਿਨ ਸਾਰੇ ਖੁਸ਼ ਸੀ ਉਹਨਾਂ ਨੂੰ ਇਹ ਸੀ ਕਿ ਵੀ ਇਹ ਸਾਡਾ ਆਪਣਾ ਘਰ ਵਾਲੇ ਜੀ ਲੱਗਦਾ ਉਹ ਹੈਗਾ ਕੌਣ ਸੀ ਖਵਾਸ ਹੈ ਜਾਣਨ ਵਾਲ ਸੀ ਯਾਨੀ ਇਸ ਦਾ ਮਤਲਬ ਬਾ ਜਦੋਂ ਇਹ ਤਕਰੀਰ ਸਟਾਮ ਕੜਾਤਾ ਤਾਂ ਵੀ ਉਸਕੇ ਨiyet ਮੇ ਜੋ ਹੈ ਉਹ ਦਿਮਾਗ ਮੇ ਉਹ ਫਤੂਰ ਥਾ ਹਾਂਜੀ ਹਾਂਜੀ ਫਤੂਰ ਹੀ ਥਾ ਇੱਕ ਗੱਲ ਤੇ ਕਲੀਰ ਹੋਏ ਬੈ ਔਰ ਉਹਨੇ ਮੈਨੂੰ ਕੁਛ ਨਹੀਂ ਦੱਸਿਆ ਮੈਂ ਕਿੱਥੇ ਰਹਿਣਾ ਕੀ ਕੁਛ ਕੱਖ ਨਹੀਂ ਸੀ ਮੈਨੂੰ ਪਤਾ ਔਰ ਸਾਡੇ ਘਰ ਦੇ ਵਿੱਚ ਬਸ ਆ ਜਾਂਦਾ ਸੀ ਤੇ ਸਾਨੂੰ ਇਹ ਹੀ ਪਤਾ ਸੀ ਕਿ ਇੱਥੇ ਹੀ ਆਉਂਦਾ ਹੈ ਉਹ ਬੰਦਾ ਤੇਥੇ ਹੱਸਦਾ ਐਸ ਟਾਈਮ ਮੈਨੂੰ ਪਤਾ ਉਹ ਲੱਭਣ ਨਹੀਂ ਦਿਆ ਬਾ 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 ਟਾਪ ਮੈਨੂੰ ਪਤਾ ਕਿਉਂ ਬੋਲਦਾ ਮਰੇ ਮਿੱਠੀ ਟਾਟ ਰਹੀ ਹੁੰਦੀ ਆ ਮੇਰੀ ਦੂਤਾ ਤੈਨੂੰ ਥਮੇ ਨਹੀਂ ਹੋਣੀ ਨਹੀਂ ਤੇ ਮੈਂ ਵੀ ਤੈਨੂੰ ਮਾਰਾਂ ਨਾ ਮੈਂ ਸਮਝ ਲਗਾ ਤੂੰ ਮਾਰ ਸ਼ੂਟ ਖਰੀਦਣ ਤੋਂ ਪਹਿਲਾਂ ਹੀ ਉਹਦੇ ਤੇ ਕਢਾਈ ਕਢਾ ਲਈ ਹੁੰਦੀ ਓ ਤੇ ਬਾਅਦ ਚ ਰੇਟ ਨਾ ਬਣਨ ਦੇ ਵਜਾ ਤੋਂ ਵਾਪਸ ਤੋ ਬਾੜਾ ਕੇ ਮੀਟ ਗਮਾ ਚਤੇ ਚੜਾ ਮੂੰਹ ਆਂ ਜਾ 2GB RAM ਵਾਲਾ ਵੈਪਰ ਹੁੰਦਾ। ਲੈ ਉਹ ਤੇ ਹੁੰਦਾ ਹੀ ਨਹੀਂ। ਉਹ ਥੱਥੇ ਤੂੰ ਆਂ ਜਾ। ਬੇਸਮੈਂਟ ਦੇ ਵਿੱਚੋਂ ਉੱਤੇ ਨੂੰ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੁੰਦੀ। ਥੱਥੇ ਜਿਹੜੇ ਨੱਕ ਵੜ ਗਏ ਨਾ ਬਿਲਕੁਲ ਸੈਂਟਰੀ ਵਾਲਿਆਂ ਦੇ ਬੈਗ 'ਚ ਨਲਕੀ ਹੁੰਦੀ ਐ। ਲੋ ਦੀ ਬੇ ਤੂੰ ਤੇ ਨਹੀਂ ਹੱਤਰਾ ਤੇ ਫੇ ਮੇ ਤੋਂ ਵੀ ਜੁਦਾ ਥੋਲੇ ਵੀ ਤੂੰ ਥੀ ਆ ਤੋਤ ਜਿਹੜਾ ਤੁਸੀਂ ਐਂਦ ਪਾਇਆ ਜਿਵੇਂ ਲੰਡੇ ਦਾ ਹੁੰਦਾ ਤੁਹਾਡਾ। ਬੇਟਾ ਮੈਂ ਲੰਡੇ ਤਾਂ ਨਹੀਂ ਮੇਰਾ ਜਰਮਨ ਕੋਟ। ਮੈਂ ਨਾ ਨਾ ਨਾ। ਬੜਾ ਮਹਿੰਗਾ ਮੈਂ ਨੇ ਅੱਧਾ ਘੰਟਾ ਲਾ ਕੇ ਰੇੜੀ 'ਚ ਢੂੰਡਾ ਥਾ। ਤੋ ਦਾ ਮੂੰਹ ਆਂਦਾ ਜਿਵੇਂ ਤੁੱਤਰੀ ਹੁੰਦੀ ਠਾਜ ਜੁਗਤ ਮਾਰ ਲੈ ਕੜ ਮੈਂ ਜੜਾ ਮਛਦਾ ਉਹ ਕਬਾਜਾ ਕੜਾ ਜੜਾ ਕਣ ਬੇਟਾ ਪਿਆਰ ਕਰੋ ਤਾਂ ਪੂਰਾ ਕਰੋ ਜੁਗਤ ਕਰੋ ਤਾਂ ਅੱਛੇ ਕਸਮ ਭਰਪੂਰ ਕਰੋ ਮੈਂ ਤੇ ਬੰਦ ਦੁਕਾਨ ਹੁੰਦੀ ਅੱਛਾ ਹਾਂ ਦੀ ਬੰਦ ਦੁਕਾਨ ਹੁੰਦੀ ਯਾਨੀ ਦੁਕਾਨ ਦਾ ਸ਼ਟਰ ਸਿੱਟ ਕੇ ਬਾਹਰੋਂ ਬੰਦਾ ਤਾਲੇ ਲਵਾ ਦਵੇ ਹਾਂ ਨਹੀਂ ਨਹੀਂ ਬੰਦਾ ਆਪ ਬਾਅਦ ਆ ਦੇ ਬੰਦ ਤਾਤੇ ਲਾਵੇ ਜੇ ਲੋੜ ਹੋਈ ਆਪਣੇ ਬਾਤ ਦਾ ਸਿਲਸਿਲਾ ਜਾਰੀ ਰੱਖਾਂ ਨੇ ਤੁਸੀਂ ਆਪਣੀਆਂ ਗੱਲਾਂ ਕਰੀ ਜਾਂਦੇ ਮੇਰੀ ਸੁਣਦੇ ਨਹੀਂ ਮੈਂ ਸੁਣਨ ਤੇ ਤਿਆਂ ਐਵੇਂ ਸੁਣਨ ਦੇ ਆ ਕਛਮਾ ਮੇਰਾ ਧਿਆਨ ਬਿਲਕੁਲ ਤੇਰੇ ਵਾਲੇ ਸੀ ਅੱਛਾ ਮੇਰਾ ਮਸਲਾ ਹੱਲ ਕਰੋ ਮੈਂ ਮੈਂ ਕਮੇਟੀਆਂ ਵੀ ਦੇਣੀਆਂ ਨੇ ਜਿਹੜੀਆਂ ਕਮੇਟੀਆਂ ਨਿਕਲੀਆਂ ਉਹ ਤੇ ਮੈਂ ਲੈ ਗਿਆ ਤੇ ਮੈਂ ਹੁਣ ਅੱਗੋਂ ਕਮੇਟੀਆਂ ਦੇਣੀਆਂ ਮੈਨੂੰ ਬਹੁਤ ਪਰੇਸ਼ਾਨੀ ਹੋ ਰਹੀ ਮੇਰੇ ਤੁਹਾਡੀ ਮਿਹਰਬਾਨੀ ਮੇਰਾ ਕੋਈ ਮਸਲਾ ਹੱਲ ਕਰੋ ਮੇਰੇ ਉਹਨਾਂ ਦੋਵਾਂ ਭਰਾਵਾਂ ਨੂੰ ਵੀ ਪਤਾ ਕਿ ਮੈਂ ਕਮੇਟੀ ਜਿਹੜਾ ਪਾ ਲੈਣੀ ਦੋ ਵਾਰੀ ਉਹਨਾਂ ਦੀ ਵਜ੍ਹਾ ਤੋਂ ਕਮੇਟੀ ਟੁੱਟੀ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਫਿਰ ਉਹ ਮੈਨੂੰ ਉਸਮਾਨ ਬਹੁਤ ਘੁੱਟਦਾ ਸੀ ਇਸੇ ਦੁੱਖ ਮੈਂ ਸੋਚਿਆ ਉਹਨਾਂ ਨੂੰ ਬਾਹਰ ਭੇਜ ਦਿਆਂ ਯਾਨੀ ਪੂਰੇ ਆਪਕੇ ਫੈਮਿਲੀ ਉਸ ਅਕੇਲੇ 24 25 ਸਾਲਾ ਜਵਾਨ ਕੇ ਜਾਂਸੇ ਮੈਂ ਆ ਗਏ ਦੇਖ ਜਦੋਂ ਇੱਕ ਇਨਸਾਨ ਕਸਮ ਖਾ ਲੈਂਦਾ ਨਾ ਕਿ ਮਾਂ ਦੀ ਕਸਮ ਅੱਲਾਹ ਦੀ ਕਸਮ ਸਾਰਿਆਂ ਦੀ ਕਸਮ ਖਾ ਲਈ ਮੇਰੀ ਮਾਂ ਨੂੰ ਇਦਾਂ ਜੇ ਮੇਰੇ ਪਿਓ ਨੂੰ ਇਦਾਂ ਜੇ ਮੈਂ ਝੂਠ ਬੋਲਾਂ ਫਿਰ ਤੁਹਾਡਾ ਯਕੀਨ ਕਰਨਾ ਬੰਦ ਆ ਭਾਵੇਂ ਬਾਅਦ ਦੇ ਵਿੱਚ ਤੁਹਾਡਾ ਕੱਖ ਵੀ ਨਹੀਂ ਬੰਦ ਆ ਇਹ ਤਾਂ ਕੋਈ ਬਾਤ ਨਹੀਂ ਆ ਗਿਆ ਦੇਖੋ ਬੁੱਟਾ ਜੀ ਜਦੋਂ ਤਲਕ ਹੋਵੇ ਨਾ ਫਿਰ ਇਹ ਤਬਾਤ ਕਰਨਾ ਬੰਦ ਆ ਉਹਨੇ ਆਪਣੀ ਮਾਂ ਦੀ ਈ ਢੀ ਵੱਡੀ ਕਸਮ ਇੱਕ ਖਾਦੀ ਮੈਂ ਦੱਸ ਨਹੀਂ ਸਕਦੀ ਕਹਿੰਦਾ ਸੀ ਮੇਰੀ ਮਾਂ ਚਲੋ ਛੱਡੋ ਹੁਣ ਉਹਨੇ ਕਿਹਾ ਸੀ ਮਾਂ ਮੇਰੀ ਮੈਂ ਕਾਸ ਮੈਂ ਆਉ ਆ ਜਾਓ ਜੱਬ ਸੇ ਤੂੰ ਮੈਂ ਦੇਖਾ ਤੇਰੀ ਬਾਤੋਂ ਮੈਂ ਖੋ ਗਿਆ ਦਿਲ ਤੇਰਾ دیਵਾਨਾ ਹੋ ਗਿਆ ਦਿਸ ਇਜ਼ ਬੂਪਕ ਤੂੰ ਮੇ ਕੋੜਕ ਦੰਦਾ ਹੋ ਤੁਹਾ ਆਪ ਮੇਰੇ ਕਛਮੇ ਖਾ ਖਾ ਕੇ ਯਕੀਨ ਦਿਲਾਏ ਤਾਂ ਮੈਂ ਕਿਉਂ ਯਕੀਨ ਕਰਾਂ ਉਹ ਛੋਟਾ ਦਬਾਣਾ ਹੁੰਦਾ ਏ ਮਣਾ ਕਿਉਂ ਆ ਤੁਮ ਮੇਰੇ ਕਿਉਂ ਯਕੀਨ ਦਿਲਾਏ ਇਹ ਤੁਸੀਂ ਮੇਲੇ ਤਾਂ ਆਪਨਾ ਚਾਹੀਦਾ ਹੈ ਪਲੈਸਤਾਨੀ ਦੇ ਬਤਨੇ ਦੇ ਦੋਵੇਂ ਭਰਾਵਾਂ ਨੂੰ ਚਾਹੀਦਾ ਵਾਪਸ ਪਾ ਦਿੱਤਾ ਨਾ ਤੇ ਜਦੋਂ ਇਹ ਤੈਨ ਉਦੋਂ ਉਹ ਬਾਦ ਚਲੇ ਜਾਏ ਤਲਨ ਬਾ ਨਹੀਂ ਥੱਥੇ ਪਾਟਾ ਖਰਬੂਜਾ ਹੁੰਦਾ ਏ ਦੇਖੋ ਚਾਰ ਪਾਈ ਹੋ ਯਾਨੀ ਜਿਸਾ ਮਨਜੀ ਵੀ ਕਹਤਾ ਉਸਕੇ ਪੈੰਦੋਂ ਜੈਸੇ ਵਾਲ ਹੈ ਤੁਹਾ ਮਾਰਾ ਨਾ ਵੱਡੀ ਤੇ ਕਸਾਈ ਦੀ ਇੱਕ ਮੁੱਢੀ ਵੀ ਹੁੰਦੀ ਆ ਉਹ ਜਿੱਤੇ ਪਏ ਹੋਏ ਪਾਵੇੜ ਦੀ ਸ਼ਕਲ ਆ ਤੇਰੀ ਅਤੋਂ ਮਲਾਤ ਪੋਣਾ ਬੰਦ ਤੋ ਲੋ ਤੇ ਪਲੋਦ람 ਦਾ ਤੇ ਪਾਥੇ ਨੂੰ ਲਾ ਦਿਓ ਨਹੀਂ ਯਾ ਨੂੰ ਤੇਰੀ ਸ਼ਕਲ ਇਦਾਂ ਦੀ ਥੱਥੇ ਮੈਨੂੰ ਜੁਗਤ ਆਉਂਦੀ ਮੈਂ ਤੈਨੂੰ ਦੱਸ ਕੀ ਕਰਾਉਂ ਮੈਨੂੰ ਤੇਰਾ ਮੂੰਹ ਇੰਜ ਲੱਗਣ ਜਿਹਾ ਜਿਵੇਂ ਮੱਝ ਤੇ ਪਰ ਚਿੱਟੇ ਚਾਕਣਾ ਗਾਲਾਂ ਲਿਖੀਆਂ ਹੁੰਦੀਆਂ ਕਿਉਂ ਇਹ ਵੀ ਭਾਦੀ ਤੁਹਾਨੂੰ ਹੀ ਪਤਾ ਹੋਣਾ ਜਿਹਹੀ ਇੱਕ ਮਿਆਰ ਆ ਪੂਟੇ ਕਾ ਕਾ ਤੂੰ ਅੰਜੰ ਅਸ਼ਾਰੇ ਦੇ ਉਤੇ ਕਸ਼ਤੀ ਰੁਕੀ ਹੁੰਦੀ ਆ ਅਰੇ ਇਹ ਹੀ ਤਾਂ ਹੈ ਕਬੂਟਾ ਕਾ ਨਜ਼ਾਮੇ ਹੱਥ ਆ ਆ ਥੱਥੇ ਜ਼ਖਮੀ ਗਡੋਆ ਹੁੰਦਾ ਯਾਰ ਓਏ ਟੂਥ ਬਰਸ਼ ਤੇ ਕੜੀ ਲਾਲਾ ਕ ਚੂਸੀ ਹੁੰਦੀ ਓਏ ਪਿੰਜਰੇ ਦੇ ਵਿੱਚੋਂ ਰੰਗ ਨਿਕਲ ਕੇ ਉੱਡ ਗਿਆ ਹੁੰਦਾ ਧੀ ਦੇ ਗਾਲੇ ਦੀ ਥਰੇਬੀਆ ਦੇ ਵਿੱਚ ਇਤ ਬਿਮਾਰ ਥਤੂਨ ਆ ਥਿਆਥੀ ਥਾਲੋ ਦੀ ਉਮਰ ਆ ਉਸ ਔਰਤ ਨੂੰ ਦੱਥ ਤਰੋਤ ਥੋੜੀ ਦੱਥ ਲੱਥ ਦਾਲਰ ਮਿਲਿਆ ਉਹ ਤੇ ਨਦੀਬਾਂ ਦੇ ਵਿੱਚ ਬੰਦ ਦਿੱਤਾ ਮੈਂ ਤਾਂ ਧਿਆਨ ਹੋਰ ਬਾਥੇ ਲਾਵਾਂ ਇਨਾਂ ਦਾ ਪਹਿਲੇ ਮਤਲਬ ਅਦਲਾ-ਦਲ ਹਲਤ ਆਲੀ ਨਾਜ਼ਰ ਮਿਲਦਾ ਇੱਕ ਸ਼ਾਰਟ ਬ੍ਰੇਕ ਕਾ ਬਾਤ ਹਾਂ ਛੋਟਾ ਸਾ ਵਕਫਾ